ਨਾਜ਼ਰੀਨ ਅਸਲਾਮ ਅਲੈਕੁਮ ਨਾਜ਼ਰੀਨ ਤੁਸੀਂ ਲੈਦੇ ਪਿਓ ਮਨਸ਼ਾ ਫਰੀਦੀ ਅਫੀਸ਼ਲ ਤੇ ਮੈਂ ਹਾਂ ਤੁਹਾਡਾ ਹੋਸਟ ਤੁਹਾਡਾ ਮੇਜ਼ਬਾਨ ਮਨਸ਼ਾ ਫਰੀਦੀ ਨਾਜ਼ਰੀਨ ਇਵੇਂ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਸਹੀ ਅਖਤਰ ਇਬਰਤ ਦਾ ਇੰਟਰਵਿਊ ਪੇਸ਼ ਕਰਦੇ ਪਏ ਹਾਂ ਅਖਤਰ ਇਬਰਤ ਸਾਡੇ ਸਰਾਇਕੀ ਧਰਤੀ ਦੇ ਬਹੁਤ ਵੱਡੇ ਸ਼ਾਇਰ ਹਨ ਸੰਜੀਦਾ ਸ਼ਾਇਰੀ ਵੀ ਕਰਨ ਨਾਲ ਉਹਨਾਂ ਦੀ ਜਿਹੜੀ ਸਭ ਤੋਂ ਬਹੁਤ ਵੱਡੀ ਪਹਿਚਾਣ ਹੈ ਉਹ ਹੈ ਮਜ਼ਾਹੀਆ ਸ਼ਾਇਰੀ ਤਾਂ ਆਪਣੇ ਮਜ਼ਾਹੀਆ ਸ਼ਾਇਰੀ ਦੇ ਜ਼ਰੀਏ ਆਪਣੇ ਵਸੇਬ ਕੋ ਇੱਕ ਪੈਗਾਮ ਦਿੱਤੇ ਵਸੇਬ ਦੀ ਇਸਲਾਹ ਕੀਤੀ ਹੈ ਲੋਕਾਂ ਕੋ ਅਖਤਰ ਇਬਰਤ ਸਾਈ ਨੇ ਇੰਟਰਟੇਨ ਕੀਤੇ ਤਾਂ ਕਿ ਲੋਕ ਕਈ ਤਰ੍ਹਾਂ ਦੇ ਖੁਸ਼ੀ ਦਾ ਉਹਨਾਂ ਕੋ ਮਾਹੌਲ ਮਿਲ ਸਕੇ ਵਰਨਾ ਹੀ ਮੈਂ ਤੁਹਾਨੂੰ ਪਤਾ ਹੈ ਕਿ ਸੰਜੀਦਗੀ ਤਾਂ ਹਰ ਬੰਦਾ ਵੰਡੇ ਦਾ ਵਧੇ ਦੁੱਖ ਹਰ ਬੰਦਾ ਲੋਕਾਂ ਕੋ ਦੇਦਾ ਵਧੇ ਬਲਕਿ ਤਕਸੀਮ ਕਰਾਉਣਾ ਕੋ ਇਹ ਮਜ਼ਾਹੀਆ ਸ਼ਾਇਰੀ ਕਰਕੇ ਲੋਕਾਂ ਕੋ ਲੋਕਾਂ ਦਾ ਦੁੱਖ ਵੰਡੇਦਾ ਨਾ ਮੈਂ ਤਾਂ ਸਮਝਦਾ ਕਿ ਇਹਨਾਂ ਦਾ ਬਹੁਤ ਵੱਡਾ ਕੰਮ ਹੈ ਚੂੰਕਿ ਸੰਜੀਦਾ ਸ਼ਾਇਰ ਹਰ ਦੂਜਾ ਤੀਜਾ ਸ਼ਾਇਰ ਬਲਕਿ ਹਰ ਦੂਜਾ ਸ਼ਾਇਰ ਵੀ ਸੰਜੀਦਾ ਹੈ ਇੱਥਾਂ ਮਜ਼ਾਹੀਆ ਸ਼ਾਇਰੀ ਕਿਤੇ ਅਸਾਂ ਕੋ ਸ਼ਾਇਰ ਨਹੀਂ ਮਿਲਦੇ ਇਹਦਾ ਬਹੁਤ ਵੱਡਾ ਫੁਕਦਾਨ ਹੈ ਅਖਤਰ ਇਬਰਤ ਸਿੰਘ ਅਸਲਾਮ ਅਲੈਕੁਮ ਵਾਲਕੁਮ ਸਲਾਮ ਕਮਾਲ ਮੁਰਸ਼ਦ ਅੱਛਾ ਅਖਤਰ ਇਬਰਤ ਸਿੰਘ ਤੁਸੀਂ ਇਹ ਦੱਸੋ ਕਿ ਮਜ਼ਾਹੀਆ ਸ਼ਾਇਰੀ ਦੇ ਹਵਾਲੇ ਨਾਲ ਤੁਹਾਨੂੰ ਕਿਵੇਂ ਸ਼ੌਕ ਥਿਆ ਜਾਂ ਇੱਕ ਅੱਲਾਹ ਤਾਲਾ ਦੀ ਤਰਫੋਂ ਤੁਹਾਡੇ ਅੰਦਰ ਇੱਕ ਦੈਨ ਹੈ ਜਾਂ ਤੁਸੀਂ ਇਹ ਹਵਾਲੇ ਨਾਲ ਕੋਈ ਖਾਸ ਤੌਰ 'ਤੇ ਕਈ ਲੋਕ ਤਹਿਰੀਕ ਹਾਸਲ ਕੀਤੀ ਹੈ ਮਨਸ਼ਾ ਸਾਹਿਬ ਇਹ ਇੱਕ ਪਿੱਧਰੀ ਯਾਨੀ ਕਿ ਮਾਦੀ ਪਿੱਧਰੀ ਇੱਕ ਅੰਦਰ ਦੀ ਜਿਹੜੀ ਇੱਕ ਸੋਚ ਹੁੰਦੀ ਹੈ ਨਾ ਇਹ ਉਹ ਤੋਂ ਹੀ ਇਹ ਮਿਜ਼ਾਹ ਅੰਦਰ ਦਾ ਇੱਕ ਫਨ ਹੈ ਜਿਹੜਾ ਕਿ ਮੈਂ ਕੋਈ ਬਚਪਨ ਨਿਕਲੇ ਲਾ ਕੋਈ ਨਿਕਲੇ ਬਾਲੇ ਨਾਲ ਬਹਿਤੇ ਖਿਲਤੇ ਖਿਲਣੇ ਔਰ ਹਰਕਤ ਕਰਨਾ ਕੋਈ ਚੁਟਕਲੇ ਮਾਰਨਾ ਕੋਈ ਬੱਟ ਬੋਲਣੀ ਮਾਰਨਾ ਇਹ ਬਚਪਨ ਕੋਲੋਂ ਹੀ ਯਾਨੀ ਕਿ ਮੈਨੂੰ ਖੇਲ ਖਿਲਾਵਣ ਦਾ ਹਾ ਵਾਲਾ ਅਦਬੀ ਸਫ਼ਰ ਬਾਅਦ ਸ਼ੁਰੂ ਥਿਆ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਫਿਤਰੀ ਮਜ਼ਾਹੀਆ ਸ਼ਾਇਰ ਹੀ ਵੇ ਜੀ ਬਿਲਕੁਲ ਹੀ ਇਹਦੇ ਵਿੱਚ ਖਾਸ ਤਸੱਲੋ ਕਹਿਨੀ ਬਨਾਵਟ ਕਹਿਨੀ ਨਾ 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 ਖੂਨ ਹੈ ਚਰਚਾ ਬਸ ਅਖੇਲਾ ਸੀ ਹਾਂ ਜ਼ਹਿਰੇ ਜਿਵੇਂ ਇੱਕ ਬਾਰ ਫਰਮਾਇਆ ਜੋ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਇਹਦਾ ਮਤਲਬ ਹੈ ਕਿ ਦਿਲ ਦੀ ਗੱਲ ਹੈ ਤੁਹਾਡੀ ਉਹ ਅਸਰ ਰੱਖਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਸੀ ਅੱਛਾ ਅਖਤਰ ਇਬਰਾ ਸਿੰਘ ਤੁਸੀਂ ਸ਼ਾਇਰੀ ਖਸੂਸਨ ਮਜ਼ਾਹੀਆ ਸ਼ਾਇਰੀ ਦੀ ਜਿਹੜੀ ਇਸਲਾਹ ਹੈ ਕਾਇਦ ਨੂੰ ਕਰਨ ਦੋ ਕੌਣ ਤੁਹਾਡੇ ਉਸਤਾਦ ਨੇ ਜਾਂ ਵੱਤ ਹਰ ਅੱਛੇ ਸ਼ਾਇਰ ਕੋ ਤੁਸੀਂ ਉਸਤਾਦ ਸਮਝ ਦੋ ਫਿਤਰਤ ਹੀ ਤੁਹਾਡੀ ਉਸਤਾਦ ਹੈ ਤੁਸੀਂ ਇਹ ਹਵਾਲੇ ਕੁਝ ਆਪਣੀ ਡਿਟੇਲ ਦੱਸੋ ਮੈਂ ਜਿਵੇਂ ਗੁਜ਼ਾਰਿਸ਼ ਕਰ ਗਿਆ ਕਿ ਖੇਲ ਪੁਰਾਣੇ ਬਚਪਨ ਕੋਲੋਂ ਹਾਂ ਉਹਦੇ ਬਾਅਦ ਬਲਾ ਹੁਣ ਟਾਈਮ ਹੀ ਥੋੜ੍ਹਾ ਥੋੜ੍ਹਾ ਹੀ ਮੈਂ ਜਾ ਆਪਣੇ ਨਿਕਲੀ ਨਿਕਲੀ ਕਲਮ ਨਾਲ ਕੁਝ ਕੁਝ ਜਿਵੇਂ ਕੋਈ ਤਰਤੀਬ ਨਿਕਲੇ ਨਿਕਲੇ ਨੁਕਤੇ ਕੁਝ ਬੋਲਣਾ ਤਾਂ ਗੰਢਣਾ ਲੇਕਿਨ ਉਹ ਮੇਰਾ ਕੋਈ ਖਾਸ ਸਫ਼ਰ ਕਹਿੰਦਾ ਹਾਂ ਬੇਜ਼ਰ ਬੁਜ਼ਦਾਰ ਸਾਹਿਬ ਦੀ ਕਮਾਲ ਸ਼ਫਕਤ ਹੈ ਕਿ ਮੈਂ ਉਹਨਾਂ ਦੇ ਇਕੱਠੇ ਫਰੀਦ ਅਦਬੀ ਸਰੇਕੀ ਸੰਗਤ ਨਾਲ ਕੁਝ ਸਾਂਝਾ ਕੀਤਾ ਉਹਨੇ ਆਖਿਆ ਕਿ ਇਬਰਾ ਸਾਹਿਬ ਅਗਰ ਮਿਜ਼ਾਹ ਲਿਖਣਾ ਤਾਂ ਤੂੰ ਸਾਡਾ ਮੁਸਤਕਿਲ ਹੈ ਉਸਤਾਦ ਦਾ ਹੋਣਾ ਇੰਤਹਾਈ ਜ਼ਰੂਰੀ ਹੈ ਉਹਨੇ ਬਹੁਤ ਹੀ ਖੂਬ ਮਸ਼ਵਰਾ ਦਿੱਤਾ ਹਾ ਜਿਹੜਾ ਕਿ ਉਹਨੇ ਮੈਂ ਕੋਈ ਬਾਹ ਪਕੜ ਕੇ ਉਹਨੇ ਮੈਂ ਕੋਈ ਯਾਸੀਨ ਸਾਹਿਬ ਹਸਰਾਣੀ ਸਾਹਿਬ ਅਲਹਮਦੁਲਿਲਾ ਮੇਰੇ ਉਸਤਾਦ ਨੇ ਮੇਰੀ ਮਿਜ਼ਾਹ ਦੇ ਇੰਤਹਾਈ ਕਾਬਿਲ ਇਹਤਰਾਮ ਉਸਤਾਦ ਖੂਬ ਮੇਰੀ ਮਿਜ਼ਾਹ ਦੀ ਸਲਾਹ ਕੀਤੀ ਨੇ ਅੱਜ ਮੈਂ ਅਗਰ ਕੁਝ ਅਖਤਰ ਇਬਰਾ ਤਾਂ ਯਾਸੀਨ ਸਾਹਿਬ ਹਸਰਾਣੀ ਸਾਹਿਬ ਦੀ ਬਾਦੌਲਤ ਵੀ ਅਗਰ ਹਾਂ ਹੀ ਮੀਡੀਆ 'ਤੇ ਯਾਨੀ ਕਿ ਤੁਸਰ ਆਖਰ ਦਾ ਮਕਸਦ ਇਹ ਕਿ ਯਾਨੀ ਕਲਮੀ ਸਫ਼ਰ ਦੇ ਵਿੱਚ ਕਈ ਕੋ ਉਸਤਾਦ ਮੰਨਣ ਉਸਤਾਦ ਹੋਵਣ ਲਾਜ਼ਮ ਹੈ ਮੁਕੰਮਲ ਤੌਰ 'ਤੇ ਮੇਰਾ ਯਾਨੀ ਯਾਸੀਨ ਸਾਹਿਬ ਰਿਹਾ ਮੇਰੀ ਉਹਨੇ ਅਲਫ ਬੇਕ ਰੋੜ ਅਤੇ ਯੇ ਤੱਕ ਜਿਵੇਂ ਸਫ਼ਰ ਚੱਲਦਾ ਪਿਆ ਉਹਨੇ ਮੈਨੂੰ ਮਿਜ਼ਾਹ ਦੀ ਉਸਤਾਦ ਵੀ ਮੇਰਾ ਉਹ ਸੰਨ 2000 ਗੰਦਨ 5 ਦੇ ਅਵਾਇਲ ਅਵਾਇਲ ਦੇ ਵਿੱਚ ਉਹਨੇ ਮੇਰੀ ਕਲਮ ਪਕੜੀ ਉਹਨੇ ਮੈਨੂੰ ਸਬਕ ਦਿੱਤਾ ਉਹਨਾਂ ਦੀ ਕਮਾਲ ਸ਼ਫਕਤ ਹੈ ਔਰ ਇਹ ਟਾਈਮ ਅਖਤਰ ਇਬਰਤ ਆਪਣੇ ਰੰਗ ਨਾਲ ਬੈਠੇ ਯਕੀਨਨ ਯਕੀਨਨ ਯਾਸੀਨ ਸਾਹਿਬ ਸਾਰੀ ਧਰਤੀ ਦੇ ਇੱਕ ਮੁਹਾਨ ਸ਼ਾਇਰ ਹਨ ਮਿਆਰੀ ਸ਼ਾਇਰ ਹਨ ਔਰ ਉਹ ਜਿਹਨੇ ਜਿਹੜੀ ਕੰਪਨੀ 'ਚ ਯਾਸੀਨ ਸਾਹਿਬ ਸਿੰਘ ਬੈਠਣ ਨਾ ਉਹਨੇ ਦਾ ਵੀ ਬਹੁਤ ਵੱਡਾ ਇੱਕ ਮੁਹਤਬਰ ਹਵਾਲਾ ਹੈ ਅੱਛਾ ਤੁਸੀਂ ਇਹ ਫਰਮਾਓ ਸਿੰਘ ਤੁਹਾਨੂੰ ਜਿਹੜੀ ਪਜ਼ੀਰਾਈ ਮਿਲਦੀ ਹੈ ਉਹ ਆਮ ਪਬਲਿਕ ਮਕਾਮਾਤ 'ਤੇ ਵੀ ਉਹ ਮਿਲਦੀ ਹੈ ਜਿਹੜੀ ਤੁਹਾਨੂੰ ਮੁਸ਼ਾਇਰੇ ਦੇ ਵਿੱਚ ਮਿਲਦੀ ਹੈ ਤਕਰੀਬਾਤ ਜਿਹੜੇ ਅਦਬੀ ਹਵਾਲੇ ਨਾਲ ਜਾਂ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਇੱਕ ਨੂੰ ਇਲਾਵਾ ਜਿਹੜੇ ਲੋਕਾਂ ਦੀ ਇੱਕ ਤਾਸੁਰਾਤ ਹਨ ਤੁਹਾਡੇ ਬਾਰੇ ਉਹ ਤੋਂ ਯਕੀਨਨ ਵੀ ਮੁਸਬਤ ਤਾਸੁਰਾਤ ਹਨ ਹਰ ਬੰਦਾ ਇਹੋ ਆਦੇ ਕਿ ਅਖਤਰ ਇਬਰਤ ਬਹੁਤ ਵੱਡੇ ਇੱਕ ਸ਼ਾਇਰ ਹਨ ਸਾਡੀ ਧਰਤੀ ਦੇ ਔਰ ਹਰ ਜਾਤ ਉਹਨਾਂ ਦੀ ਸਿੱਖ ਹੁੰਦੀ ਆ ਉਹ ਜਿਹੜੇ ਮੁਸ਼ਾਇਰੇ ਦੇ ਵੀ ਤੁਸੀਂ ਉਦੋਂ ਯਕੀਨਨ ਉਹ ਮੁਸ਼ਾਇਰਾ ਮੈਂ ਸਮਝਦਾ ਕਿ ਕਾਮਯਾਬ ਹੁੰਦੇ ਮੈਂ ਗੁਜ਼ਾਰਿਸ਼ ਪਿਆ ਕਰਦਾ ਵੀ ਕਿ ਤੁਹਾਨੂੰ ਜਿਹੜੀ ਪਜ਼ੀਰਾਈ ਮਿਲਦੀ ਹੈ ਤੁਹਾਨੂੰ ਜਿਹੜੀ ਰਿਸਪੈਕਟ ਮਿਲਦੀ ਹੈ ਸ਼ਾਇਰੀ ਦੇ ਹਵਾਲੇ ਨਾਲ ਲੋਕਾਂ ਦੇ ਵਿੱਚ ਜਾਂ ਮੁਸ਼ਾਇਰੇ ਦੇ ਵਿੱਚ ਥੋੜ੍ਹਾ ਉਹ ਹੀ ਮੈਂ ਦੱਸਿਆ ਸੋਚਾਂ ਔਰ ਕੋਈ ਆਪਣੇ ਖਸੂਸਨ ਇਹ ਵੀ ਦੱਸਿਆ ਕੋਈ ਕਿਹੜੀ ਕਰ ਜਾਂਦਾ ਤੁਸੀਂ ਆਪਣੇ ਮੁਸ਼ਾਇਰੇ ਬੁਤਾ ਚੁੱਕੇ ਹੋ ਅਲਹਮਦੁਲਿਲਾ ਕਮਾਲ ਸ਼ਫਕਤ ਕਿ ਮਨਸ਼ਾ ਸਾਹਿਬ ਪਹਿਲੇ ਕਮਾਲ ਸ਼ਫਕਤ ਤੁਹਾਡੀ ਹੈ ਕਿ ਤੁਸੀਂ ਮੈਂ ਕੋਈ ਆਪਣੇ ਮੀਡੀਆ ਚੈਨਲ ਯੂਟਿਊਬ ਦੇ ਥਰੂ ਮੈਂ ਕੋਈ ਤੁਸੀਂ ਉਜਾਗਰ ਕਰਨ ਦੇ ਇਹ ਵੀ ਤੁਸੀਂ ਵਿਰਾਵੇਂ ਚੰਗੇ ਸਜਣੇ ਦੀ ਕਮਾਲ ਸ਼ਫਕਤ ਕਮਾਲ ਅਹਿਸਾਨ ਹੈ ਸਜਣੋ ਕਿ 10 ਬੰਦੇ ਕੋਲੋਂ ਗਿਣਤੇ 10,000 ਮਜਮੇ ਤੱਕ ਮੈਂ ਪ੍ਰੋਗਰਾਮ ਭੁਗਤਾ ਹੈ ਸਿੰਧੀ ਪੰਜਾਬੀ ਸਰਾਇਕੀ ਬਲੋਚੀ ਪੂਰੀ ਪੰਜਾਬ ਪੱਟੀ 'ਤੇ ਜਿੱਥਾਂ ਚੰਗੇ ਮੁਸ਼ਾਇਰੇ ਥੀਂਦੇ ਜੋ ਸਜਣ ਯਾਦ ਕਰਦਾ ਮੈਂ ਉਹਨਾਂ ਵੇਂਦਾ ਪਿਆ
और राव मुश्ताक साहब का सन 2008 में मुशायरा वाल मेरे को याद खड़े कि मैं किया हा उतना ही भी कि मुशायरे की बिल्कुल ही घब घास ना पी थी हई चंगे शुरा कर हमको चंगा ना पे सुनते हैं। ममताज जोय साहब ने मेरे इब्रत साहब मुशायरा जरा सारा वजींदा पाए को तुम अपने रंग सोना बनाओ अलहमदुल्ला बनाया हा से सारा मजमू मुतमिन थी गया। ज्यादातर मैं कोई ज्यादातर शादी ब्याह की तकरीबात से सजाए वेंदे जिथा होंदन वैसे वसेब टेलीवियन रोहित टेलीवियन सच टीवियन से भी मैं अपना अपने फन का मुजाहरा कर चुका हूँ। बहुत खूब इतो यह जाहिर था कि तुसा वो तो यकीन है लेकिन जाहिर भी थी आई हवाले जी पजीरा ही मिलती कि तुसा एक मोतबर शायर भी असर धरती दे। अच्छा तुसा नेक्स्ट क्या इरादा है तोरा कि तुसा अपनी किताब मजाहिया शायर की पहले छपे सो सजीदा शायर की छपे सो या वतनो है जड़े ना अंदाज दे तोरे जड़े कलाम हैं इन्हें को रला मिला के कोई अपनी किताब छपे सो। दूजी गल इनुजे दौर च किताब छपाउण दा काफ़ी मुश्किल मरहला गुजर गया ढेर सारे टक्के लगते हैं कि जे बाद तवसुस लोग शायर शोरा कराम हैं अपना आहर नाल कम सफर ढेर सारा कर वेंदन सारे महीने दरमियान भी यो है कि गरीबीदायक फुकदान वेंदा पे बहर के पाल कोशिश करसूँ इनशाला जदा भी मेरी किताब छपी मैं कोशिश करसा जेरे जेरे मेरे फंड हैं मुख्तलिफ बोले हैं मैं 5 जबान के अलहमदुल्ला शायरी कर गिनदा अरबी च आहर कर गिनदा सिंधी जबान च सराइकी दे विच बलोची च और उर्दू पंजाबी दे विच इवें कर गिनदा हुंदा मैं सारे रंग हूटम अपनी किताब च रंग लिखे सा के अख्तर इब्रत कितने तक आहर पे करदे। बहुत खूब। अच्छा ए फरमाउसी के तुसा नेक्स्ट हुन क्या चाहंदे वे तुसा क्या अपना पैगाम देवण चाहंदो अपनी धरती दे लोगों को के इथा लोगों को मुसबत रुझान दी तरफ फरोग मिलना चाहिए है लोग मनफी अपने जरा एक्टिविटीज खत्म करन क्या उदी खातर अदब तो आम हैं इनके अलावा जड़े सारे ज्यादातर संजीदा शायर शायर चूंकि ज्यादा हैं ओ मजाहिया शायर तो आम या ना आम तो सैफ मौसी खेल खिलावण बहु ही बहु औखा थी चुके मैं सारे सजने को आखसा कि अपना खेल खिलावण वाले अदब दे नाल बिल्कुल ही दिलचस्पी किंदन अलहमदुल्ला सारी पट्टी ए बहु सरेगी पट्टी बहु ही खेल खिलावण को डाढा पसंद करंदी है आवण वाली नवी पीढ़ी को भी मेरा यो सुनिया है कि अपना आवन खेल खिलावण वाले सफर गाढ़ा करन कोई सजन प्यारा भीरा कोई नौजवान मेरे को मेरे जी हाँ जितने तक मैं कोई जानता खेल खिलावण का कोई सबक दर्स हो सी मैं अपना एक उन्हें बाबा थी थे उस्ताद थी थे दोस्त थी थे उन्होंने सफर का गाढ़ा करे सा बिना शक से अख्तर इब्रत सिंह तुसा थोड़े जे चूंकि मैं पेचीदा सवाल नहीं पे करना ये वालों जो सारी धरती दे जैसा तो कह सको वे सवाल मिले उन्हें सवालों के जवाब मिले जिन्हें सबको मसाइल दरपेश हैं। नजरीन मैं एक गुजारिश कर रहा अपने जड़े सारे पब्लिशर्स हैं मेन प्रॉब्लम असर है कि सराइकी धरती देव कई था सराइकी शोरा क्यों पैसे घिन कई किताब छापी वेंदी है जबकि इतों के पब्लिशर्स को चाहिए है कि सारे मजाहिया शायरों को प्रमोट करन हूँ तुसा एक किनो उर्दू अदब दे लगे वेजो ना उतना हर पब्लिशर रॉयल्टी देंदे शायर को अदीब को यानी लिखारी को इतना यो बड़ा फुकदान है इंदी खातर मैं दोस्तों को अपने तमाम तर पब्लिशर्स दोस्तों को यह गुजारिश कर सा कि वो वसेब दे मियारी शोरा को जिन्हें नाल उन्हें अपना बिजनेस भी अगुआ थी सी वो अच्छे अच्छे शोरा को प्रमोट करन उन्हें दी शायरी को छापन जबकि प्रमोशन तो उन्हें गुजराती तौर पर खुद मिली हुई है उन्हें शोरा को मैं ये चाहता कि कई तरह उन्हें किताबें को छाप के तारीख का हिस्सा बढ़ावन आवण वाले जरा सारे नसल उतु कुछ सबक हासिल करन। अच्छा अस्तर बस ये गुजारिश कर सूँ कि तुरी संजीदा शायरी है वो हवाले कोई मुख्तर बयान कर दियो सर। संजीदा शायरी भी बड़ी ही अदबी सफर का एक हिस्सा है काफ़ी लिखी गई है गज़ल लिखी गई है नज़म लिखी गई है उन्दे चो मैं कुछ एक डोढ़ा सुना के भी मैं कुछ दसन चाहना जो संजीदा शायरी मैं कितने तक सफर करना पाया सारी बात दौलत आज सारे मेरे वसेब दे सारे अच्छे शोरा कराम बड़े सीनियर मेरे उस्ताद हैं बिलखसूस मेरे कलम दे उस्ताद जनाब यासिन साहब हसरानी साहब हैं अल्लाह उन्हें को देर पा सलामत करे कि पहले मेरे दिल दे मैं अपने महफिल को मोतबर करने वास्ते यासिन साहब का डोढ़ा ही सुना के मैं हवाला देवा के हूँ पारख ज वखरिया खेडा कर हर तलखी रूह को पच गई है वाह तेरी भी आजमाइश की खातिर लाख अलहमद हयाती बच गई है पिलवैन पुलाल तेरे छोरे दी आ देख हूँ रुख ते जच गई है हूँ साबिर चिंते नहीं थींदे तेरी मूंज वजूद च रच गई है। बहुत बहुत नाल मैं अपना एक जोड़ा अर्ज कर सा मैं था हाँ करब दे मारे दी कहीं बाल यतीम दी बाक हाँ तस्वीर हाँ रोल गए कैस दी मैं थल मुईदा हाल हलाक हाँ कदी सेहरा कहीं दे गलदा हाँ कदी रुलदी पेरे खाकां जेंदे हाल ते रोह भी रो देंदन मैं ओ इब्रत गमनाक हां। बहुत खूब से बहुत खूब पर कह उमदा मिसाल है ये संजीदा शायरी दी। अच्छा सी इमें अपनी थोड़ी जी तुसा मजाहिया शायरी पेश करसो कोई एक त
اگر کہیں نامور شاعر دی جڑی تسا پیروڈی کیتی ہوے مطلب پیروڈی دی مراد ہے کہ او باہر دے وچ تسا اگر کوئی اپنی غزل یا کوئی اپنا بند لکھیا ہوے کوئی حقت ہوے سونے سوچا انہیں کو معذرت دے نال اگر کہیں دی کوئی شاعری دے اوتے ہی طرح دی تسا شاعری کیتی ہے تا ان لو ایک بند ایک حد بند وی پیش کر دسو سر میں الحمدللہ جو تمام میرے سرکی پٹی دے بڑے شورا کرام ہیں میں سارے دے ڈوڑے دے تباز مائی کیتی ہے کھیل کھلاون دا وی جا موضوع کو جاری رکھے می میں ایک ڈوڑا عرض کرے سا کہ جڑا شوق دی رن پر نہیں جایا ول دار تے سالے پلنے ہن ایک گان میں سات بیا راج لوسی گھر ہر شے ڈھگ کتھ ٹلنے ہن اے نال جہیز دے گھر میں نے بیا وس نہا میں جھلنے ہن مچ گھر وچ عبرت یو گئی یو بو گئی میرے آنے ہن تے نکلنے ہن واہ 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 بہت سہی بے حد مہربانی اختر عبرت سہی تسا سب ٹائم دیتا اثر یوٹیوب چینل کو ٹائم دیتا انشاءاللہ وسیب تو کو اچھی پذیرائی دیسی مہربانی سی شکریہ تمام شکریہ